ਹਾਂਜੀ ਸੁਮਨ ਜੀ, ਕਦੋਂ ਹੋਈ ਸੀ ਤੁਹਾਡੀ ਸਲੀਵ ਗੈਸਟ੍ਰੈਕਟਮੀ? ਆਪਰੇਸ਼ਨ ਕਦੋਂ ਹੋਇਆ ਸੀ ਤੁਹਾਡਾ? 27 ਮਾਰਚ 2013 ਹੈ ਨਾ? ਕਿੰਨਾ ਭਾਰ ਸੀ ਤੁਹਾਡਾ ਆਪਰੇਸ਼ਨ ਤੋਂ ਪਹਿਲਾਂ? 157 ਅਤੇ ਅੱਜ ਕਿੰਨਾ? ਅੱਜ 146 ਓਕੇ 11 ਕੇ ਜੀ ਵੇਟ ਰਿਡਿਊਸ ਹੋ ਗਿਆ। ਕੀ ਦਿੱਕਤ ਆਉਂਦੀ ਸੀ ਆਪਰੇਸ਼ਨ ਤੋਂ ਪਹਿਲਾਂ ਤੁਹਾਨੂੰ? ਚੱਲਣ ਫਿਰਨ 'ਚ ਸਾਹ ਚੜ੍ਹਦਾ ਸੀ ਪੂਰਾ? ਹਾਂਜੀ। ਅੱਛਾ ਜੀ, ਅਤੇ ਹੁਣ ਪਹਿਲਾਂ ਨਾਲ ਪਹਿਲਾਂ ਦੀ ਜ਼ਿੰਦਗੀ ਅਤੇ ਹੁਣ ਦੀ ਜ਼ਿੰਦਗੀ 'ਚ ਕੀ ਫਰਕ ਲੱਗਦਾ ਤੁਹਾਨੂੰ? ਕਾਫੀ ਫਰਕ ਹੈ। ਤੁਰਨ ਫਿਰਨ 'ਚ? ਤੁਰਨ ਫਿਰਨ 'ਚ ਪੈਰਾਂ 'ਤੇ ਸਵੈਲਿੰਗ ਸੀ, ਉਹ ਨਹੀਂ ਹੈ। ਉਹ ਹੁਣ ਸਵੈਲਿੰਗ ਹੈ ਨਹੀਂ ਤੁਹਾਡੇ? ਨਹੀਂ। ਸ਼ੂਗਰ ਦੀ ਪ੍ਰੋਬਲਮ ਤਾਂ ਨਹੀਂ ਸੀ ਤੁਹਾਨੂੰ? ਨਹੀਂ। ਆਪਰੇਸ਼ਨ ਤੋਂ ਬਾਅਦ ਉਲਟੀ ਦੀ ਪ੍ਰੋਬਲਮ ਤਾਂ ਨਹੀਂ ਆਈ? ਨਹੀਂ। ਜਿਵੇਂ ਅੱਜ ਤੁਹਾਡੇ ਸਟੈਪਲ ਆਊਟ ਹੋ ਗਿਆ, ਤੁਹਾਡੇ ਮੈਡੀਸਿਨ ਸਟਾਰਟ ਹੋ ਗਈ ਹੈ, ਕੈਲਸ਼ੀਅਮ, ਵਿਟਾਮਿਨ, ਆਇਰਨ ਸਪਲੀਮੈਂਟ, ਇਹ ਤੁਸੀਂ ਚੰਗ ਪ੍ਰੋਪਰਲੀ ਲੈਣੇ ਆ, ਰੈਗੂਲਰਲੀ, ਬੰਦ ਨਹੀਂ ਕਰਨੇ, ਠੀਕ ਹੈ ਜੀ?